ਅੱਛਾ ਹਰਪਾਲ ਸਿੰਘ ਜੀ, ਕਦੋਂ ਹੋਇਆ ਸੀ ਤੁਹਾਡਾ ਮਿੰਨੀ ਗੈਸਟ੍ਰਿਕ ਬਾਈਪਾਸ, ਕਿੰਨੇ ਦਿਨ ਹੋ ਗਏ? ਇਹ ਸਰ ਇੱਕ ਮਹੀਨਾ, ਚਾਰ ਪੰਜ ਦਿਨ ਹੋ ਗਏ। ਅੱਛਾ, ਕਿੰਨਾ ਵਜ਼ਨ ਘਟਿਆ ਇੱਕ ਮਹੀਨੇ 'ਚ ਤੁਹਾਡਾ? 16-17 ਕਿਲੋ ਘਟ ਗਏ। ਅੱਛਾ, ਅੱਛਾ, ਖਾਣ ਪੀਣ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਸੀ ਵੀ ਖਾਣ ਪੀਣ ਦਾ, ਜਿੱਦਾਂ ਤੁਸੀਂ ਸੁਣਿਆ ਵੀ ਆ ਤੁਹਾਡੇ ਹੋਰ ਫਰੈਂਡ ਨੇ ਵੀ ਓਪਰੇਸ਼ਨ ਕਰਾਇਆ, ਤੁਸੀਂ ਦੱਸ ਦਿੱਤਾ ਵੀ ਲਿਕੁਇਡ ਪੀਣਾ ਪੈਂਦਾ, ਜਿਹੜੀਆਂ ਪੁਰਾਣੀਆਂ ਟੈਕਨੀਕਸ ਸੀਗੀਆਂ ਉਹਦੇ ਜ਼ਿਆਦਾ ਇਹ ਸੀ ਵੀ ਲਿਕੁਇਡ ਡੇਢ ਮਹੀਨਾ ਅਸੀਂ ਕਹਿੰਦੇ ਸੀ ਵੀ ਪੁਣ ਕੇ ਪੀਣਾ ਲਿਕੁਇਡ। ਜਿਹੜਾ ਇਹ ਮਿੰਨੀ ਗੈਸਟ੍ਰਿਕ ਬਾਈਪਾਸ ਆ, ਇਹਦੇ 'ਚ ਇਹ ਸਪੈਸ਼ਲ ਚੀਜ਼ ਆ ਵੀ ਅਸੀਂ ਹਫ਼ਤੇ ਬਾਅਦ ਕਹਿ ਦਿੰਦੇ ਹਾਂ ਜੀ ਸਰ, ਕੋਈ ਗੱਲ ਨਹੀਂ, ਦਿਖਾਓ। ਮੈਂ ਮਤਲਬ ਸ਼ੁਰੂ ਤੋਂ ਹੀ ਮੈਂ ਖਾ ਰਿਹਾ, ਜਿੱਦਣ ਮੈਂ ਗਿਆ ਜੀ ਕਰਵਾ ਕੇ, ਮੈਂ ਨਗਰ ਚਿਕਨ ਵੀ ਮੈਂ ਖਾ ਲੈਂਦਾ, ਇਹ ਨਹੀਂ ਹੈ ਚਿਕਨ ਖਾ ਲੈਂਦੇ ਹੋ? ਹਾਂਜੀ, ਆਰਾਮ ਨਾਲ ਖਾਧਾ ਜਾਂਦਾ, ਆਰਾਮ ਨਾਲ ਖਾਧਾ, ਸਲੋ ਖਾ ਇਹ ਜਿਹੜਾ ਹੈਗਾ ਨਾ ਮਿੰਨੀ ਗੈਸਟ੍ਰਿਕ ਬਾਈਪਾਸ ਦੇ ਵਿੱਚ, ਇਹ ਅਸੀਂ ਇਹਦੇ ਡਿਜ਼ਾਈਨ ਦੇ ਵਿੱਚ ਮੇਨ ਇਹੀ ਕਹਿੰਦੇ ਹਾਂ ਵੀ ਇਟਸ ਜਸਟ ਲਾਈਕ ਟੇਲਰਿੰਗ, ਵੀ ਡਿਜ਼ਾਈਨ ਇਹੋ ਜਿਹਾ ਬਣਾਈਏ ਕਿ ਪੇਸ਼ੈਂਟ ਛੇਤੀ ਖਾ ਸਕੇ। ਉਹਦੇ ਨਾਲ ਕੀ ਹੈ ਕਿ ਤੁਹਾਨੂੰ ਜਿਹੜੀਆਂ ਇਹਦੇ 'ਚ ਮੇਨ ਡਰ ਨੇ ਇਹਨਾਂ ਓਪਰੇਸ਼ਨਾਂ ਦੇ, ਵੀ ਕੋਈ ਕਮੀ ਨਾ ਹੋ ਜਾਵੇ ਕਿਸੇ ਚੀਜ਼ ਦੀ, ਵੀਕਨੈਸ ਨਾ ਹੋਵੇ, ਉਹ ਤਾਂ ਹੀ ਰੁਕਦੀ ਆ ਜੇ ਅਸੀਂ ਪਹਿਲੇ ਦਿਨ ਤੋਂ ਹੀ ਖਾਈਏ, ਥੋੜ੍ਹਾ ਥੋੜ੍ਹਾ ਖਾਧਾ ਜਾਂਦਾ ਖਾਧਾ ਜਾਂਦਾ। ਹੁਣ ਵੀ ਅਸੀਂ ਤੁਹਾਨੂੰ ਇਹ ਕਹਿੰਦੇ ਹਾਂ ਵੀ ਚਿਕਨ ਫਿਸ਼ ਇਹ ਤੁਸੀਂ ਐਵਰੀ ਡੇ ਖਾਓ, ਠੀਕ, ਪ੍ਰੋਟੀਨ ਦੀ ਲੋੜ ਆ ਤੁਹਾਨੂੰ, ਅਤੇ ਵੇਟ ਨੇ ਤਾਂ ਫੈਟ ਨੇ ਤਾਂ ਨਿਕਲ ਹੀ ਜਾਣਾ, ਅਦਰਵਾਈਜ਼ ਪ੍ਰੋਟੀਨ ਵੀ ਵੇਸਟ ਹੁੰਦਾ, ਜੇ ਪ੍ਰੋਟੀਨ ਵੇਸਟ ਹੁੰਦਾ ਫਿਰ ਤੁਹਾਡੇ ਜਿਹੜੇ ਮਸਲ ਆ ਉਹ ਵੇਸਟ ਹੁੰਦੇ ਆ। ਫੋਰ ਯੰਗ ਪੇਸ਼ੈਂਟਸ ਇਹ ਜ਼ਰੂਰੀ ਆ ਕਿ ਮਸਲ ਵੇਸਟਿੰਗ ਜਿਹੜੀ ਆ ਬਿਲਕੁਲ ਨਾ ਹੋਵੇ, ਠੀਕ ਹੈ, ਠੀਕ ਹੈ, ਨਹੀਂ ਤਾਂ ਫਿਰ ਤਾਂ ਕਮਜ਼ੋਰ ਜੇ ਲੱਗਣ ਲੱਗ ਜਾਊਗੀ। ਹਾਂਜੀ ਹਾਂਜੀ, ਇਸ ਲਈ ਪ੍ਰੋਟੀਨ ਜ਼ਿਆਦਾ ਲੈਣਾ, ਠੀਕ ਹੈ, ਪਲੱਸ ਤੁਸੀਂ ਆਪਣੇ ਬੋਡੀ ਨੂੰ ਟੋਨ ਅਪ ਕਰਨ ਲਈ ਐਕਸਰਸਾਈਜ਼ ਵੀ ਕਰਨੀ ਆ। ਸੋ ਇਹ ਚੀਜ਼ ਜਿਹੜੀ ਆ ਇਹ ਅਸੀਂ ਵੀ ਸਮਝਣ ਨੂੰ ਸਾਨੂੰ ਕਈ ਸਾਲ ਲੱਗੇ ਆ ਕਿ ਦੋ ਤਰ੍ਹਾਂ ਦੀ ਰਿਸਟ੍ਰਿਕਸ਼ਨ ਆ, ਇੱਕ ਤਾਂ ਹੈਗੀ ਆ ਕਿ ਇੱਥੋਂ ਟਾਈਟ ਕਰਦੀ ਹੈ ਕਿ ਪੇਸ਼ੈਂਟ ਖਾ ਹੀ ਨਾ ਸਕੇ, ਅਤੇ ਖਾਣ ਨੂੰ ਦਿਲ ਕਰ ਰਿਹਾ ਪਰ ਖਾ ਨਹੀਂ ਹੋ ਰਿਹਾ, ਬਟ ਉਹ ਚੀਜ਼ ਜਿਹੜੀ ਆ ਲੌਂਗ ਰਨ 'ਚ ਅਸੀਂ ਦੇਖਿਆ ਕਾਮਯਾਬ ਨਹੀਂ ਰਹਿੰਦੀ। ਕੀ ਕਰਦਾ ਪੇਸ਼ੈਂਟ, ਉਹ ਕੋਈ ਹੋਰ ਚੀਜ਼ ਖਾ ਕੇ ਦੇਖੂਗਾ, ਆਈਸਕ੍ਰੀਮ ਖਾਊ, ਕੋਕ ਪੀਊਗਾ। ਹੁਣ ਤੁਹਾਡਾ ਦਿਲ ਕਰ ਰਿਹਾ ਚਿਕਨ ਖਾਣ ਨੂੰ, ਤੁਸੀਂ ਚਿਕਨ ਖਾ ਲਿਆ, ਖਾ ਕੇ ਪੇਟ ਭਰ ਜੇ, ਮਤਲਬ ਹੋਰ ਤੁਹਾਡਾ ਦਿਲ ਨਾ ਕਰੇ ਖਾਣ ਨੂੰ, ਹਾਂਜੀ ਹਾਂਜੀ, ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਰਿਸਟ੍ਰਿਕਸ਼ਨ, ਕਿ ਖਾਣ ਤੋਂ ਰੋਕਿਆ ਨਹੀਂ ਪ੍ਰੋਸੀਜਰ ਨੇ ਤੁਹਾਨੂੰ, ਕਿਉਂਕਿ ਉਹ ਟਾਈਟ ਨਹੀਂ ਹੈਗਾ, ਜਿਹੜੇ ਵਿੱਚ ਕੀ ਹੈ ਨਾ ਇਹਦਾ ਜਿਹੜਾ ਆਊਟਲੈਟ ਆ ਗੈਸਟ੍ਰਿਕ ਬਾਈਪਾਸ ਦੀ, ਇਹ ਅਸੀਂ ਵਾਈਡ ਬਣਾਉਂਦੇ ਹਾਂ, 5 ਸੈਂਟੀਮੀਟਰ ਆਊਟਲੈਟ ਆ, ਇਸ ਲਈ ਤੁਹਾਨੂੰ ਇਹ ਰੁਕਦਾ ਨਹੀਂ, ਫੂਡ ਅੱਗੇ ਜਾਊਗਾ, ਬਟ ਰਿਸਟ੍ਰਿਕਸ਼ਨ ਹੈਗੀ ਆ, ਆਰਾਮ ਨਾਲ ਸਰ ਖਾਈਏ ਨਾ, ਫਿਰ ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ। ਸੋ ਦਿਸ ਇਜ਼ ਦ ਮੇਨ ਡਿਫਰੈਂਸ ਇਨ ਮਿੰਨੀ ਗੈਸਟ੍ਰਿਕ ਬਾਈਪਾਸ ਐਂਡ ਸਲੀਵ ਐਂਡ ਜਿਹੜੇ ਪੁਰਾਣੇ ਬੈਂਡ ਸੀ ਜਾਂ ਰੂਨ ਵਾਈ ਗੈਸਟ੍ਰਿਕ ਬਾਈਪਾਸ ਸੀਗਾ, ਉਹਦੇ 'ਚ ਇਹ ਮੇਨ ਡਿਫਰੈਂਸ ਆ ਕਿ ਦੈਟ ਪੇਸ਼ੈਂਟ ਕੈਨ ਈਟ ਅਤੇ ਛੇਤੀ ਖਾਣ ਲੱਗ ਜਾਂਦੇ ਆ, ਪਲੱਸ ਤੁਸੀਂ ਬੈਟਰ ਖਾ ਸਕਦੇ ਹੋ, ਕਿਉਂਕਿ ਯੂ ਕੈਨ ਈਟ ਹੈਲਦੀ ਫੂਡ, ਤੁਸੀਂ ਚਿਕਨ ਖਾ ਸਕਦੇ ਹੋ, ਤੁਸੀਂ ਫਰੂਟਸ ਖਾ ਸਕਦੇ ਹੋ, ਠੀਕ ਹੈ, ਫਿਰ ਤੁਹਾਨੂੰ